ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਗੰਨੇ ਦੀ ਕਰਦਾ ਹੀ ਲੜਾਈ ਤੁੰਦ ਬਹੁਤ ਪਈ ਹੋਈ ਆ ਦੇਖੋ ਇਹਨਾਂ ਦੀ ਵੀ ਬੜੀ ਸਖਤ ਮਿਹਨਤਾਈ ਯੋਜਾਰੇ ਲੇਬਰ ਵਾਲਿਆਂ ਦੀ ਪਰਦੇਸੀ ਬੰਦਿਆਂ ਦੀ ਦੇਖੋ ਆ ਫੱਟੇ ਦੇ ਉੱਤੇ 50 ਕਿਲੋ ਦੀ ਦਾ ਤਕਰੀਬਨ ਭਰੀ ਹੁੰਦੀ ਆ ਜੀ ਜਿਹੜੀ ਫੱਟੇ ਦੇ ਉੱਤੇ ਲੈ ਕੇ ਇਹਨਾਂ ਨੇ ਝਾੜਨਾ ਉੱਕਣੇ ਦੇ ਲੋ ਉਤਰਨਾ ਦੇਖਣ ਨੂੰ ਇਹ ਲੱਗਦਾ ਵੀ ਥੋੜਾ ਜਿਹਾ ਵੀ ਫੱਟਾ ਹੀ ਇਹ ਪਰ ਜੇ ਆਮ ਬੰਦਾ ਆਪਾ ਚੜ ਕੇ ਦੇਖੀ ਹੈਗਾ ਨਾ ਆਪਾਂ ਖਾਲੀ ਵੀ ਬੜੇ ਔਖੇ ਚੜਾਂਗੇ ਔਖੇ ਉਤਰਾਂਗੇ ਫੱਟੇ ਦਵਾ ਦੇਖੋ ਬੰਦਾ ਆ ਗਿਆ ਦੇਖੋ ਇਹਨਾਂ ਆਰਾਮ ਨਾਲ ਚੜ ਜਾਣਾ ਉੱਪਰ ਦੇਖੋ ਇਹਨਾਂ ਦੀ ਬੜੀ ਸਖਤ ਮਿਹਨਤ ਆ ਬਜਾਰਿਆਂ ਦੀ ਤੁੰਦ ਪਈ ਪਈਆ ਦੇਖੋ ਆਪਣੇ ਆ ਜੇਬਾਂ ਚੋਂ ਵੀ ਨਹੀਂ ਹੱਥ ਨਿਕਲਦੇ ਹੈਗੇ ਬੰਦਾ ਆਰਾਮ ਨਾਲ ਬੁੱਕਲ ਮਾਰ ਕੇ ਖੜ ਜਾਂਦਾ ਸਾਈਡ ਤੇ ਇਹਨੂੰ ਤਕਰੀਬਨ ਘੰਟਾ 2 ਘੰਟੇ ਹੋ ਗਏ ਲੱਗਿਆ ਨੂੰ ਜਦ ਪੂਰੀ ਠੰਡ ਰਹੀ ਜਵੇਂ ਹੈ ਦੀਂਦਾ ਵੀ ਨਹੀਂ ਸੀ ਠੰਡਾ ਕੋ ਬੰਦਾ ਖੜਾ ਹੁਣ ਉਹ ਉੱਤਰੂ ਇਹਨੇ ਚੜ ਜਿਆ ਪਰ ਇਹਨਾਂ ਨੇ ਪੌੜੀ ਵੀ ਲਾਈ ਹੋਈ ਹੈ ਉਧਰ ਦੀ ਕਹੇ ਆ ਰਾਵਨ ਆਲੇ ਇਹਨੇ ਚੜ ਜਾਣ ਖਾਲੀ ਬੰਦੇ ਨੇ ਜਾਂ ਫੱਟੇ ਰਾਹੀਂ ਉੱਤਰੂ ਜਾਂ ਉਹ ਫਿਰ ਪੌੜੀ ਰਾਹੀਂ ਉੱtre ਆਉਣਾ ਜੇ ਇਧਰੋਂ ਬੰਦਾ ਫੱਟੇ ਦੇ ਉੱਤੇ ਜਾਂਦਾ ਈ ਰੇ ਦੇਖੋ ਇਧਰੋਂ ਵੀ ਜਾਣੇ ਲੈ ਕੇ ਪਤਾ ਨਹੀਂ ਅੱਧੇ ਕਿਲੋ ਤੋਂ ਢੋਣਾ ਪੈਣਾ ਇਹਨਾਂ ਨੂੰ ਕਿਲੇ ਤੋਂ ਢੋਣਾ ਪੈਣਾ ਇਹ ਦੀਂਦੇ ਤਾਂ ਐਨੂੰ ਯਾਰੀ ਉਹ ਤੁੰਦ ਚ ਤੁੰਦ ਬਹੁਤ ਪਈ ਹੋਈ ਅੱਜ ਉਧਰੋਂ ਚੱਕ ਕੇ ਲੈ ਕੇ ਆਉਂਦੇ ਨੇ ਬੜੀ ਇਹਾਂ ਦੀ ਬਯਾਨੀ ਸਖਤ ਮਿਹਨਤ ਆ ਵੀ ਗੰਨੇ ਲੇਬਰ ਵਾਲਿਆਂ ਦੀ ਦੇਖੋ ਪਹਿਲਾਂ ਵੱਢਣਾ ਫੇਰ ਗਰੇ ਲਾਉਣੇ ਨੇ ਫੇਰ ਕੱਲਾ ਕੱਲਾ ਗੰਨਾ ਕਾੜਨਾ ਭਰੀਆਂ ਬੰਨਣੀਆਂ ਫੇਰ ਕਿਤੇ ਲਦਾਈ ਕਰਨੀ ਉਹ ਬੜੀ ਇਹਾਂ ਦੀ ਸਖਤ ਮਿਹਨਤ ਆ ਗੰਨੇ ਵਾਲਿਆਂ ਦੀ ਯਾਨ ਲੇਬਰ ਦੀ ਇੱਕ ਉੱਪਰੋਂ ਠੰਡ ਹੁੰਦੀ ਆ ਦੇਖੋ 2-2 ਰੁਪਏ ਲੱਗ ਜਾਂਦੇ ਵਿਚ ਬੰਦੇ ਦੇਖੇ ਨਹੀਂ ਇਹਾਂ ਦੇ ਹੱਕ ਮਾਰਦੇ ਵੀ ਦੇਖੇ ਨੇ ਬਿਆਰੇ ਬੰਦੇ ਇੱਕ ਇੱਕ ਰੁਪਈਆ ਪਿੱਛੇ ਗਾਹ ਪਾਉਂਦੇ ਦੇਖੇ ਨੇ ਜਾਿਆਂ ਦੇ ਆਪਣੇ ਰਾਸ਼ਨ ਨੂੰ ਬੜਾ ਵਿੱਚ ਗਾਹ ਪਾਉਂਦੇ ਦੇਖੇ ਨੇ ਆਪ ਖੁਦ ਜੀ ਬਿਆਰ ਇੰਨੇ ਕਿਲੋ ਨਹੀਂ ਦੇਣਾ ਸੀ ਇੰਨੇ ਕਿਲੋ ਦੇਣਾ ਦੇਖੋ ਪਹਿਲਾ ਬੰਦਾ ਹੀ ਮਿਹਨਤ ਤੇ ਦੇਖੋ ਯਾਰ ਵੀ ਕਿੰਨੀ ਸਖਤ ਮਿਹਨਤ ਉੱਪਰੋਂ ਧੁੰਦ ਪਈਆ ਠੰਡ ਚ ਕੰਮ ਫੇ ਕੱਲਾ ਕੱਲਾ ਗੰਨਾ ਕਿਵੇਂ ਵੱਢਣਾ ਕਾੜਨਾ ਭਰੀਆਂ ਪਾਉਣੀਆਂ ਨੇ ਉਦੋਂ ਬਾਅਦ ਦੇਖੋ ਫਿਰ ਇਹ ਨਹੀਂ ਪਤਾ ਵੀ ਜਾਂ ਅੱਧੇ ਕਿਲੋ ਕੀਲੇ ਤੋਂ ਲੈ ਕੇ ਆਉਣੀਆਂ ਭਰੀਆਂ ਕਿੱਕ ਕੇ ਜਾਂ ਕੀਲੇ ਤੋਂ ਲੈ ਕੇ ਆਉਣੀਆਂ ਇਹ ਨਹੀਂ ਹੈ ਜੇ ਕੋਈ ਪਤਾ ਹੁੰਦਾ 60 60 ਕਿਲੋ ਦੀਆਂ ਭਰੀਆਂ 50 60 ਕਿਲੋ ਦੀ 55 ਕਿਲੋ ਦੀ ਕੱਲੀ ਕੱਲੀ ਭਰੀ ਹੁੰਦੀ ਆ ਦੇਖੋ ਉਤੋਂ ਠੰਡ ਦਾ ਟਾਈਮ ਹੁੰਦਾ ਯਾਨੀ ਇਹ ਨਾ ਰਾਸ਼ਨ ਦਾ ਤਾਂ ਨਹੀਂ ਯਾਨੀ ਯਾਰ ਗਾਹ ਪਾਇਆ ਕਰੋ ਪ੍ਰਭੂ ਰਾਸ਼ਨ ਕਿੰਨਾ ਕੁ ਯਾਰੇ ਖਾ ਲੈਣਗੇ ਮਿਹਨਤ ਕਰਦੇ ਨੇ ਚਲੋ ਕੀ ਉਡਾ 50 ਕਿਲੋ ਰਾਸ਼ਣ ਲੱਗ ਜੂ ਸਾਰੇ ਜਿੰਨੀ ਤੁਹਾਡਾ ਚਲੋ ਫਸਲ ਵਧਣੀ ਕਰਨੀ ਹੈ ਨਾ ਨੇ ਕਿੱਡੀ ਗੱਲ ਹੁੰਦੀ ਆ ਆ ਵੀਰ ਆਪਾਂ ਦਾਨਪੁਨ ਕਰਦੇ ਆ ਇਹ ਯਾਰੇ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਅਸੋ ਫੇਰਾ ਦੇਖੋ ਹੁਣ ਉੱਥੋਂ ਲੈ ਕੇ ਆਉਂਦੇ ਨੇ ਹੁਣ ਤੇ ਟਰਾਲੀ ਦੀ ਲਦਾਈ ਵੀ ਪੂਰੀ ਸਿੱਧੀ ਕਰਨੀ ਆ ਸਹੀ ਕਰਨੀ ਆ ਵੀ ਟੇਢੀ ਨਾਲ ਲਦਾਈ ਹੋ ਜਾਵੇ 빙ੀ ਨਾ ਹੋਵੇ ਦੇਖੋ ਲਿਆ ਫੇ ਪਹਾਂ 50 ਕਿਲੋ ਦੀ ਭਰੀ ਆਪਾਂ ਖਾਲੀ ਨੇ ਇੱਥੇ ਚੜ੍ਹ ਹੁੰਦਾ ਆਪ ਨੂੰ ਦੇਖਣ ਨੂੰ ਇਹ ਲਾਦਾ ਹੁਣ ਦੇਖੋ ਜਿਉਂ-ਜਿਉਂ ਟਰਾਲੀ ਨੇ ਭਰੀ ਜਾਣਾ ਫੱਟਾ ਜਿਉਂ-ਜਿਉਂ ਮੂਹਰੋਂ ਉੱਚਾ ਹੋਈ ਜਾਣਾ ਲੈ ਦੇਖੋ ਫੱਟਾ ਵੀ ਗਿੱਲਾ ਹੋਇਆ ਪਿਆ ਪੈਰ ਤਿਲਕਣ ਦਾ ਡਰ ਹੁੰਦਾ ਕਿੰਨਾ ਦੇਖੋ ਇਹਨਾਂ ਨੂੰ ਬੈਲੈਂਸ ਬਣਾ ਕੇ ਰੱਖਣਾ ਪੈਂਦਾ 50 ਕਿਲੋ ਸਿਰ ਤੇ ਹੁੰਦਾ ਜਦੋਂ ਬੰਦੇ ਨੇ ਦੇਖੋ ਤੁਰਨਾ ਫੇਰ ਉੱਪਰ ਚੜ੍ਹਨਾ ਦੇਖੋ ਫੱਟੇ ਤੇ ਹੁਣ ਜਿਉਂ-ਜਿਉਂ ਦੇਖੋ ਟਰਾਲੀ ਨੇ ਉੱਪਰ ਹੋਈ ਜਾਣਾ ਗੇੜ ਉੱਚੇ ਹੋਈ ਨੇ ਜਿਉਂ-ਜਿਉਂ ਮੂਹਰੋਂ ਫੱਟੇ ਨੇ ਉੱਚਾ ਹੋਈ ਜਾਣਾ ਇਹ ਦੇਖੋ ਮੜਾ ਇਹ ਸਿੱਧਾ ਲੱਗਦਾ ਫਿਰ ਜਮੇ ਸੇਰੇ ਤੇ ਜਾ ਕੇ ਸਿੱਧਾ ਹੋ ਜਾਣਾ ਫੱਟੇ ਨੇ ਤਾਂ ਹਨੂੰ ਉਵੇਂ ਹੀ ਚੜ ਜਾਣ ਐਨੇ ਇੱਕ ਨੇ ਚੜਨਾ ਤਾਂ ਫੇਰ ਦੇਖੋ ਪੈਰ ਤਿਲਕਣ ਦਾ ਡਰ ਉੱਤੋਂ ਗਿਰਨ ਦਾ ਡਰ ਬਹੁਤ ਜ਼ਿਆਦੇ ਸਖਤ ਮਿਹਨਤ ਆ ਯਾਨੀ ਵਿਚਾਰਿਆਂ ਦੀ ਇਹਨਾਂ ਦੀ ਵਈ ਫੇਰ ਠੰਡ ਦਾ ਟਾਂ ਫੇਰ ਉਪਰੋਂ ਦੇ ਗੰਨਾ ਵੱਢਣਾ ਸਹੀ ਲੜਾਈ ਕਰਨੀ ਆ ਉਹਦੀ ਬੜੀ ਵਿਚਾਰਾਂ ਦੀਆਂ ਦੀ ਮਿਹਨਤ ਆ ਸਾਸਤ ਜੀ ਦੇਖੋ ਜੇ ਮੀਂਹ ਮੂੰਹ ਪੈ ਜਾਵੇ ਤਾਂ ਵੇ ਦੇਖੋ ਟਰਾਲੀ ਛੋਟੀ ਟਰਾਲੀ ਚ ਪਹਿਲਾਂ ਲੱਦਣਾ ਖੇਤ ਚੋਂ ਫੇਰ ਬੜੀ ਟਰਾਲੀ ਚ ਬਾਹਰੇ ਕੱਢ ਕੇ ਖੇਤ ਚੋਂ ਦੂਈ ਟਰਾਲੀ ਦੂਈ ਚ ਵੇ ਬਜਾਰ ਨੇਪਾਲ ਟਾ ਮਾਰਨ ਫੇਖੇ ਚੋ ਟਰਾਲੀ ਨਿਕਲਣ ਤੱਕ ਇਹਨਾਂ ਦੀ ਜ਼ਿੰਮੇਵਾਰੀ ਆ ਟਰਾਲੀ ਤੋਸ ਗਈ ਫਸ ਗਈ ਤਾਂ ਬਜਾਰ ਨੇ ਮਿੱਟੀ ਵੀ ਇਹਨਾਂ ਨੇ ਕੱਢਣੀਆਂ ਨਹੀਂ ਟਰਾਲੀ ਨੂੰ ਰੋਡ ਤੇ ਚਾੜਨਾ ਇਹਨਾਂ ਨੇ ਇੱਥੇ ਤੱਕ ਇਹਨਾਂ ਦਾ ਫਿਕਰ ਹੁੰਦਾ ਇਹ ਜੀਮੇਦਾਰ ਨੂੰ ਘੱਟ ਫਿਕਰ ਹੁੰਦਾ ਟਰਾਲੀ ਬਾਹਰੇ ਨਿਕਲਣ ਦਾ ਇਹਨਾਂ ਨੂੰ ਲੇਬਰਾਂ ਦਾ ਮਜ਼ਾਰ ਨੂੰ ਵੱਧ ਹੁੰਦਾ ਕਈਨਾਂ ਨੂੰ ਇਹ ਹੁੰਦਾ ਵੀ ਟਰਾਲੀ ਸੜਕ ਤੇ ਪਾਹੇ ਤੇ ਚੜ ਜਵੇ ਤਾਂ ਵੀ ਸਾਨੂੰ ਛੁੱਟੀ ਆ ਇਹਨਾਂ ਦੀ ਵੀ ਤਾਂ ਇਹ ਵਿਚਾਰੇ ਜਾ ਸਕਦੇ ਨੇ ਦੇਖੋ ਐਨ ਬਿਲਕੁਲ ਸਿੱਧੀ ਲੜਾਈ ਕਰਨੀ ਆ ਲੱਜਾਂ ਇਹਨਾਂ ਨੇ ਪਾਉਣੀਆਂ ਮਜਾ ਨਿਕਲਣੀਆਂ ਨੇ ਦੇਖੋ ਆ ਸਿਆਣੇ ਬੰਦੇ ਇਹ ਕੰਮ ਕਰਕੇ ਯਾਰ ਦੇ ਪੈਰਾਂ ਦੇ ਗਿੱਟੇ ਵੀ ਟੇਢੇ ਹੋਏ ਪਏ ਨੇ ਆਹ ਦੇਖੋ ਐ ਜਾਊ ਹੁਣ ਇਹਦੀ ਕਿਹੜੀ ਸਿਆਣੀ ਉਮਰ ਨਾਲੇ ਪਈ ਆ 60 ਸਾਲ ਤੋਂ ਉੱਪਰ ਉਹ ਦੇਖੋ ਐ ਜਾਂਦਾ ਗੂੰਜ ਮੰਗੂ ਨੇਖੋ ਆ ਬੰਦੇ ਉੱਤੇ 10 ਗੇੜੇ ਨਹੀਂ ਲਾ ਸਕਦਾ ਹਰ ਰੋਜ਼ ਆਂਦੀ ਰੁਪਈਏ ਰੁਪਈਏ ਪਿੱਛੇ ਨਾ ਜਾ ਰਹੇ ਆਂਦੀ ਮਿਹਨਤ ਨੂੰ ਤੁਸੀਂ ਲੜਿਆ ਕਰੋ ਇਹਨਾਂ ਨਾਲ ਵੀ ਇੱਕ ਰੁਪਈਆ ਘੱਟ ਦੇਣਾ ਜੀ ਦੋ ਵੱਧ ਦੇਣੇ ਨੇ ਇਹ ਤਾਂ ਕੰਮ ਦੇਖੋ ਯਾਰ ਮਿਹਨਤ ਦੇਖੋ ਬੰਦਿਆਂ ਦੀ